वाले ने भाई ड्राइवर जो है तो अपना रखे था फरार करता इन्हें और छुट्टी करती वही अज आप लगे है दोपहरा कुटन हूँ देखते हैं भी दो तीन घंटे अड़ के लाऊंगा कि नहीं लाऊंगा किला कबड्डे भाई कह ला मालक बैठा होगा रेट पर भाई लग जाऊगी कोई दिक्कत नहीं हैगी अपा कह नहीं सकता फिर जे अपा तो लग जाए तो पता ही है ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਔਰ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਜਿਵੇਂ ਤੁਸੀਂ ਦੇਖਿਆ ਜੀ ਤਾਂ ਬਾਈ ਪਿਛਲੇ ਬਲੌਗ 'ਚ ਆਪਾਂ ਕਮਾਲਪੁਰ ਚੱਲਦੇ ਤੇ ਅੱਜ ਆਪਾਂ ਆ ਗਏ ਝੱਲੀਆਂ ਹੈਗੀ ਕਮਾਲਪੁਰ ਦੇ ਪਿੰਡ ਦੀ ਜ਼ਮੀਨ ਆ ਇਹ ਆ ਗਏ ਆਪਾਂ ਝੱਲੀਆਂ 'ਚ ਬਾਈ ਰਾਤ 10:30 ਵਜੇ ਜਾ ਕੇ ਪਏ ਹਾਂ ਮਸ਼ੀਨ ਆਪਾਂ ਬੰਦੇ ਨੂੰ ਡਰਾਈਵਰ ਰੱਖਿਆ ਜਿਹੜਾ ਉਹਨੂੰ ਫੜਾ ਗਏ ਤੇ ਮਸ਼ੀਨ ਦੇ ਬਾਈ ਬ੍ਰੇਕ ਫੇਲ ਹੋ ਗਏ ਤੁਹਾਨੂੰ ਪਤਾ ਹੀ ਆ ਉਹ ਤੁਹਾਨੂੰ ਮੈਂ ਦੱਸਣਾ ਹੀ ਭੁੱਲ ਗਿਆ ਤੁਹਾਨੂੰ ਪਤਾ ਹੈ ਕੰਮ ਬਾਈ ਮਸ਼ੀਨ ਖੜੀ ਹੋਵੇ ਨਾ ਫਿਰ ਵੀਡੀਓ ਦਾ ਤਾਂ ਬਹੁਤ ਬੁਰਾ ਲੱਗਦਾ ਹੈਗਾ ਮੈਂ ਤਾਂ ਚੱਲਦੀ ਹੁੰਦੀ ਹੈ ਯਾਰ ਫਿਰ ਇਹ ਵੀਡੀਓ ਬਣਦੀ ਆ ਜਾਂ ਖੜੀ ਹੁੰਦੀ ਆ ਫਿਰ ਵੀਡੀਓ ਦਾ ਬਾਈ ਦਿਲੇ ਨਹੀਂ ਕਰਦਾ ਹੈਗਾ ਉਹ ਵੀ ਤੁਹਾਨੂੰ ਦੱਸਦਾ ਕਿਆ ਗੱਲ ਜਿਹੜਾ ਆਪਾਂ ਨੇ 22 ਨੰਬਰ ਦੇ ਸਰਾਕ ਮਰਾਏ ਤੇ ਨਾ ਡਾਇਰੈਕਸ਼ਨਾਂ 'ਚ ਬ੍ਰੇਕਾਂ ਵਾਸਤੇ ਬ੍ਰੇਕ ਆਪਣੇ 22 ਨੰਬਰ ਦੇ ਨਟ ਪਾਏ ਤੇ 19 ਜਗ੍ਹਾ ਤੇ ਉਹ ਬਾਈ ਉਹ ਵੀ ਨਟ 22 ਨੰਬਰ ਨਟ ਵੀ ਖੁੱਲ੍ਹ ਕੇ ਨਾ ਬ੍ਰੇਕਾਂ ਵਾਲਾ ਜਿਹੜਾ ਪੂਰਾ ਹੌਜ਼ਿੰਗ ਜਾਈ ਵਿੱਚ ਲੈਦਰ ਵਿੱਚ ਹੌਜ਼ਿੰਗ ਸਾਰਾ ਹੀ ਕਿਤੇ ਜਸਵੰਤ ਬਾਈ ਦੇ ਖੇਤ 'ਚ ਗਿਰ ਗਿਆ ਕੱਲ੍ਹ ਉੱਥੇ ਗਿਰਿਆ ਹੋਇਆ ਪਹਿਲਾਂ ਤਾਂ ਲੱਭਿਆ ਮਿਲਿਆ ਨਹੀਂ ਹੈਗਾ ਹੁਣ ਤੋੜੀ ਵੀ ਕਾਲੇ ਨੇ ਮਨਾਉਣੀ ਆ ਹੁਣ ਅਸੀਂ ਚੱਕਰਾਂ 'ਚ ਪਏ ਰਾਤ ਅਸੀਂ ਫੇਰ ਗਏ ਮਸ਼ੀਨ ਫੜਾ ਕੇ ਡਰਾਈਵਰ ਮਾਂ ਚੱਲ ਇੱਕ ਗੇੜਾ ਮਾਰਿਆ ਉਹਨਾਂ ਕਿਹਾ ਤਾਂ ਫਿਰ ਮੈਂ ਨਹੀਂ ਮਿਲਿਆ ਨਹੀਂ ਹੈਗਾ ਬਾਕੀ ਦੇਖਦੇ ਹਾਂ ਸਾਰੇ ਹੀ ਗਿਰ ਗਿਆ ਬਾਈ ਪੈਪ ਟੁੱਟ ਕੇ ਨਾ ਬੈਂਜੋ ਕੋਲ 'ਤੇ ਟੁੱਟ ਗਿਆ ਪੈਪ ਟੁੱਟ ਕੇ ਸਾਰੇ ਹੀ ਗਿਰ ਗਏ ਆ ਬਾਕੀ ਅੱਜ ਫਿਰ ਝੱਲੀਆਂ ਪਿੰਡ 'ਚ ਆ ਗਏ ਅਰਸ਼ਵੀਰ ਮੈਂ ਸਵੇਰੇ ਅੱਜ ਉੱਠੇ ਆ 6:30 ਹਲੇ 6:30 ਹੋਏ ਆ 6 ਵਜੇ ਉੱਠਿਆ ਕਾਲਾ 5:30 ਵਜੇ ਚਾਹ ਲੈ ਕੇ ਆ ਗਿਆ ਬਾਈ ਚਾਹ ਪਈ ਪਈ ਫਿਰ ਠੰਡੀ ਹੋ ਗਈ ਫਿਰ ਪੀ ਕੇ ਉੱਕਣੇ ਆ ਗਿਆ ਜਦ ਮੈਂ ਉੱਠ ਕੇ ਦੇਖਿਆ ਮਸ਼ੀਨ ਬਾਈ ਮੇਰੀ ਹੈ ਹੀ ਨਾ ਉੱਥੇ ਮੈਂ ਕਿਹਾ ਡਰਾਈਵਰ ਵੀ 2 ਉਰੇ ਪਏ ਆ ਮਸ਼ੀਨ ਕਿੱਥੇ ਚੱਲ ਗਈ ਜਦ ਕਾਲੇ ਨੂੰ ਕਰਿਆ ਫੋਨ ਮੈਂ ਕਿਹਾ ਕਾਲੇ ਬਾਈ ਮਸ਼ੀਨ ਆ ਕਹਿੰਦਾ ਅਰਸ਼ਵੀਰ ਲੈ ਗਿਆ ਹੁਣ ਅਰਸ਼ਵੀਰ ਬਾਈ ਸੱਜ ਰਹੀ ਆਪਣੇ ਖੇਤ 'ਚ ਅੱਜ ਮਸ਼ੀਨ ਲਿਆ ਵੱਢਣ ਵਾਸਤੇ ਇਹ ਕਹਿੰਦੇ ਰਾਤ 'ਤੇ ਕਹਿਤਾ ਤਾਂ ਕਹਿੰਦਾ ਜੇ ਨਹੀਂ ਨਿੰਦਰ ਸੱਜਰੇ ਜਾਂਦਾ ਤਾਂ ਮੈਂ ਆਪੇ ਲੈ ਜੂੰਗਾ ਕਿ ਮੈਂ ਆਪੇ ਵੱਢ ਲੂੰਗਾ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਤਾਂ ਵੀ ਆਪੇ ਮਸ਼ੀਨ ਵੱਢ ਲੈਂਦਾ ਫਸਲ ਇਹ ਮੇਰੇ ਘਰ ਰਿਹਾ ਬਾਈ 2-3 ਸੀਜ਼ਨ ਲਾਏ ਇਹਨੇ ਵਧੀਆ ਬਹੁਤ ਵਧੀਆ ਡਰਾਈਵਰ ਆਏ ਨਹੀਂ ਗੱਲ ਹੈਗੀ ਵੀ ਖਰਾਬ ਕਰਦਾ ਮੇਰੇ ਜਿੱਕਣਾ ਮੈਂ ਮਸ਼ੀਨ ਚਲਾਉਂਦਾ ਬਾਈ ਸੇਮ ਟੂ ਸੇਮ ਉੱਕਣੇ ਮਸ਼ੀਨ ਚਲਾਉਂਦਾ ਸਾਡੇ ਦੋਨਾਂ 'ਚ ਕੋਈ ਫਰਕ ਨਹੀਂ ਹੈਗਾ ਬਾਕੀ ਡਰਾਈਵਰ ਦੀ ਸੁਣ ਲਓ ਹੁਣ ਤੁਸੀਂ ਰਾਤ 9:30 ਪੂਰੇ ਨੂੰ 8:42 'ਤੇ ਮਸ਼ੀਨ ਫੜਾਈ ਤੀ ਕੋਈ ਹੋਸ ਨਹੀਂ ਸੀ ਪਈ ਹੋਈ ਕੋਈ ਕੁਛ ਨਹੀਂ ਤਾਂ ਪਿਆ 8:42 'ਤੇ ਮਸ਼ੀਨ ਫੜਾ ਕੇ ਅਸੀਂ 10 ਵਜੇ ਆਏ ਹਾਂ ਮਸ਼ੀਨ ਕੋਲ ਅਤੇ 1.5 ਕਿੱਲਾ ਤਾਂ ਮੂਹਰੇ ਵੱਢਣ ਨੂੰ ਤੁਸੀਂ ਹਿਸਾਬ ਲਾ ਲਓ ਉਹ ਤੋਂ ਬਾਅਦ ਕਾਲੇ ਦੀ ਵੱਢਣੀ ਤੀ ਅੰਬ ਵਾਲੀ 1.5 ਕਿੱਲੇ ਨੂੰ ਬਾਈ ਪੌਣੇ 12:30-12 ਵਜੇ ਮਸ਼ੀਨ ਘਰਾਂ ਗਈ ਆ ਕਾਲੇ ਦੇ ਲੱਗਣ ਵਾਸਤੇ ਵੀ ਕਾਲੇ ਨੇ ਖੜਾਏ ਲਈ ਕਹਿੰਦਾ ਛੱਡ ਪਰੇ ਆ 1.5 ਕਿੱਲੇ ਨੂੰ ਤੂੰ ਇੰਨਾ ਟਾਈਮ ਲਾਇਆ 3 ਕਿੱਲਿਆਂ ਨੂੰ 4 ਨੂੰ ਤਾਂ ਸਾਰੀ ਰਾਤ ਲਾ ਦਿੰਦੀ ਤਾਂ ਦੇਖ ਲਓ ਬਾਈ ਇਹ ਹਾਲ ਆ ਬਹੁਤ ਬੁਰਾ ਹਾਲ ਕੱਲ੍ਹ ਮਸ਼ੀਨ ਦੇ ਦੇਖੋ ਬ੍ਰੇਕ ਟੁੱਟੇ ਬ੍ਰੇਕ ਫੇਲ ਹੋ ਗਏ ਖੜ ਗਈ ਮਸ਼ੀਨ ਬਾਈ ਬ੍ਰੇਕ ਲੈ ਕੇ ਭੇਜਤਾ ਕਾਲੇ ਬਾਈ ਨੇ ਬ੍ਰੇਕ ਵੱਲ ਬਾਈ ਸਾਨੂੰ ਦੂਰ ਤੋਂ ਹੀ ਫੜਾ ਕੇ ਮੁੜ ਗਿਆ ਕੋਲ ਨਹੀਂ ਆਇਆ ਨਹੀਂ ਮਸ਼ੀਨ ਖੜੀ ਆ ਬਾਈ ਸਾਨੂੰ ਫਰਜ਼ ਬਣਦਾ ਆਪਣਾ ਮਸ਼ੀਨ ਖੜੀ ਆ ਬਾਈ ਮਸ਼ੀਨ ਦੇਖੀਏ ਜਾ ਕੇ ਕਾਹਤੇ ਖੜੀ ਆ ਕਿਆ ਚੱਕਰ ਆ ਚਲੋ ਮਾੜਾ ਮੋਟਾ ਆਇਆ ਕੰਮ ਨਹੀਂ ਕੋਈ ਚਾਬੀਆਂ ਮਨ ਨਹੀਂ ਫੜਾ ਦਿੰਦਾ ਬੰਦਾ ਨਾ ਜੀ ਬਾਕੀ ਫਿਰ ਵੀ ਜਗਾੜ ਬਾਈ ਆਪਾਂ ਨੇ ਕਰ ਲਿਆ ਤੁਹਾਨੂੰ ਪਤਾ ਵੀ ਜਗਾੜ ਹੀ ਬਹੁਤ ਆ ਆਪਾਂ ਇਹ ਗੱਲ ਨੂੰ ਆਪਾਂ ਨੇ ਜਗਾੜ ਐਂ ਕਰ ਲਿਆ ਜਿਹੜੇ ਇੱਕ ਉਰਲੇ ਪਾਸੇ ਵਾਲੇ ਬ੍ਰੇਕ ਗਿਰੇ ਦੇ ਇੱਕ ਬ੍ਰੇਕ ਕਰਕੇ ਨਾ ਬੰਦ ਉੱਥੇ 19 ਨੰਬਰ ਦਾ ਨਟ ਲਾ ਕੇ ਬ੍ਰੇਕ ਚੂੜੀ ਦਾ ਨਟ ਲਾ ਕੇ ਮੰਦ ਇੱਕ ਬ੍ਰੇਕ ਮੰਦੇ ਕਰਤੀ ਇੱਕ ਬ੍ਰੇਕ ਪਰ ਚੱਲਦਾ ਕੰਮ ਇੱਕ ਪਰ ਚਲਾਵਾਂਗੇ ਹੁਣ ਸੀਜ਼ਨ ਪੂਰਾ ਤੋਂ ਬਾਅਦ ਬ੍ਰੇਕਾਂ ਦਾ ਕੋਈ ਜਗਾੜ ਦੇਖਾਂਗੇ ਹੋਰ ਵੀ ਤੂੰ ਵਧੀਆ ਜਗਾੜ ਕਰਾਂਗੇ ਬ੍ਰੇਕ ਖੁੱਲ੍ਹਣ ਬਾਈ ਕਿਉਂ ਮੈਨੂੰ ਬਾਈ ਆਦਤ ਆ ਥੋੜ੍ਹੀ ਜੀ ਜਾਂ ਨਾ ਬ੍ਰੇਕ ਆਪਣੇ ਘੇਰਾ ਆਪਾਂ ਹਲਿਆਈ ਮਾਰਦੇ ਹਾਂ ਤਾਂ ਆਪਾਂ ਮੋੜ ਲੈਂਦੇ ਨੇੜੇ ਤੇ ਮੈਂ ਮੋੜ ਨਹੀਂ ਵੀਰੇ ਸਟੇਅਰਿੰਗ ਹੈਲੀ ਮੈਂ ਮਾੜੇ ਜੇ ਬ੍ਰੇਕ ਇਹਦੇ ਖੁੱਲ੍ਹਦੇ ਆ ਨਾ ਬ੍ਰੇਕ ਇਕੱਲਾ ਬ੍ਰੇਕ ਖੁੱਲ੍ਹ ਜਾਂਦਾ ਤਾਂ ਮੈਂ ਉਹ ਇਕੱਲਾ ਇੱਕ ਥੋੜ੍ਹਾ ਜਿਹਾ ਬ੍ਰੇਕ ਘੁਮਾ ਦੱਬ ਕੇ ਘੁਮਾ ਦਿੰਦਾ ਇਕੱਲਾ ਮਸ਼ੀਨ ਬ੍ਰੇਕਾਂ ਮੈਂ ਘੁਮਾ ਲੈਂਦਾ ਕਈ ਵਾਰ ਅੱਜ ਤੁਹਾਨੂੰ ਬਲੌਕ 'ਚ ਵੀ ਦਿਖਾਵਾਂਗੇ ਹੁਣ ਤਾਂ ਇੱਕ ਪਾਸੇ ਨੂੰ ਘੁੰਮਦੀ ਆ ਇੱਕ ਬਲੌਬਰੇ ਉਹਦੇ ਬ੍ਰੇਕ ਮੈਂ ਘੁਮਾ ਲੈਂਦਾ ਹੁੰਦਾ ਮੈਂ ਮਸ਼ੀਨ ਸੌਖਾ ਰਹਿੰਦਾ ਬਾਈ ਤੁਹਾਨੂੰ ਪਤਾ ਵੀ ਖੱਤੀਆਂ 'ਚ ਬਾਈ 30-35 ਕਿੱਲੇ ਕਰਨੇ ਬਹੁਤ ਔਖੇ ਆ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਮੈਂ ਕਿੱਕਣਾ ਕਰਦਾ ਹਾਂ 30-35 ਕਿੱਲੇ ਬਾਈ ਕਹਿਣਾ ਸੌਖਾ ਹੈ ਖੱਤੀਆਂ 'ਚ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਵੀ ਕਿੰਨੀ ਵਾਰ ਕਟਰ ਉਤਰਦਾ ਕਈ ਵਾਰ ਕਿੱਲੇ ਦੇ 3-3, 4-4 ਘੇਰੇ ਵੀ ਆ ਜਾਂਦੇ ਆ ਹੁਣ ਅਰਸ਼ਵੀਰ ਦੇ ਅੱਜ ਆਹ ਕਣਕ ਅਰਸ਼ਵੀਰ ਦੀ 1.5 ਕਿੱਲਾ ਇਹਦਾ ਇੱਕ ਘੇਰਾ ਉੱਧਰੋਂ ਸਾਹਮਣੇ ਮਸ਼ੀਨ ਚੱਲਦੀ ਆਪਣੀ
ਉਹ ਹੈਗਾ ਕੀਲੇ ਦਾ ਘੇਰਾ, ਝੱਲੀਆਂ ਪਿੰਡ ਦੀ ਇਹਨਾਂ ਨੇ ਠੇਕੇ ਪਰ ਲਈ ਹੋਈ ਆ। ਪਹਿਲਾਂ ਵੀ ਆਪਾਂ ਹੀ ਪੜ੍ਹਦਾ, ਮੈਂ ਹੀ ਪੜ੍ਹਦਾ ਹੁੰਦਾ ਤਾ, ਹੁਣ ਅਰਸ਼ਵੀਰ ਉਹਨਾਂ ਨੇ ਠੇਕੇ ਪਰ ਲਈ ਹੋਈ ਆ। ਚਲੋ ਹੁਣ ਤੁਹਾਨੂੰ ਮਿਲਾਉਂਦਾ ਮਲਕੀਤ ਬਾਈ ਗੱਲ, ਝਾੜ ਕਹਿੰਦੇ ਵਧੀਆ, ਅੱਜ ਤਾਂ ਜੱਟ ਖੁਸ਼ ਹੋਇਆ ਪਿਆ, ਦੇਖਦੇ ਹਾਂ ਜਾ ਕੇ ਵੀ ਕਿਆ ਕਹਿੰਦਾ ਮਲਕੀਤ ਜੱਟ ਅੱਜ। ਹਲੋ ਜੀ ਬਾਈ ਜੀ, ਚੱਲਦੀ ਹੈ ਜੀ ਆਪਣੀ ਗੱਡੀ, ਦੇਖ ਲਓ ਬਾਈ ਦੂਆ ਸਾਜਰੇ ਅੱਧਾ ਹਾਈ ਦੂਆ ਸਾਜਰੇ ਲਾਈ ਫਿਰਦਾ 6 ਵਜੇ ਜੀ। ਇਹ ਬਾਈ ਮਸ਼ੀਨ ਚੰਡਿਆ ਹੋਇਆ, ਦੱਸਿਆ ਹੋਇਆ ਸਾਰੇ ਨੁਕਤੇ ਨੂੰ ਦੱਸੇ ਹੋਏ ਆ ਮਸ਼ੀਨ ਦੇ, ਵੀ ਇੱਥੇ ਐਂ ਕਰਨਾ ਇੱਥੇ ਐਂ ਕਰਨਾ, ਨਠਾਈ ਫਿਰਦਾ ਬਾਈ ਦੇਖ ਲਓ। ਚਲੋ ਆਪਾਂ ਕਹਿੰਦੇ ਤਾਂ ਨੇ ਅੱਜ ਤੱਕ ਆਪਾਂ ਨੇ ਜਿੰਨੇ ਬੰਦਿਆਂ ਸਿਖਾਈ ਆ, ਮੈਂ ਅੱਜ ਤੱਕ ਇਹ ਗੱਲ ਨਹੀਂ ਕਹੀ ਬਾਈ ਵੀ ਮੇਰਾ ਚੇਲਾ, ਆਪਾਂ ਤਾਂ ਕਹਿੰਦੇ ਮੇਰਾ ਭਾਈ ਆ ਤੂੰ। ਹੁਣ ਯੂਪੀ ਵਾਲਿਆਂ ਨੇ ਇਹੀ ਕਿਹਾ ਵੀ ਬਾਈ ਮਸ਼ੀਨ ਪਹਿਲਾਂ ਕੰਮ ਦੇਖ ਇਹਦਾ ਸਿੱਖ, ਇੰਜਣ ਦੀ ਦੇਖਭਾਲ ਕਰ, ਫਿਰ ਤੈਨੂੰ ਗੱਡੀ ਬਣਾਵਾਂਗੇ, ਫਿਰ ਸਿੱਖਣੇ ਦਾ ਫਾਇਦਾ। ਮਹਾਰਾਜ ਜੀ ਕਿਵੇਂ ਬਾਈ? ਅੱਜ ਮੈਨੂੰ ਜੱਟ ਮੂੰਹ ਪਰ ਲਾਲੀ ਜੀ ਲੱਗਦੀ ਆ, ਜਿਲ੍ਹਾ ਮੈਨੂੰ ਲੱਗਦਾ ਝਾੜ ਚੰਗਾ ਹੈ। ਝਾੜ ਤਾਂ ਠੀਕ ਹੈ, ਖਾਣੇ ਜੋਗੀ ਹੋ ਜੂ, ਹੋਰ ਕਿਆ, ਵਧੀਆ ਰੱਖੋ ਜੀ ਖਾਣੇ ਨੂੰ, ਹੋਰ ਕਿਆ। ਉੱਧਰ ਵਾਲੀ ਕਿੰਨੀ ਹੋਈ? ਉਹ ਤਾਂ ਕੁਛ ਨੀ ਹੋਈ ਯਾਰ। ਕਿੰਨੀ ਹੋਈ ਆ ਉੱਧਰ ਤਾਂ ਬਾਈ? ਸਮਝ ਲੈ ਤੂੰ ਵੀ 10 ਦੀ ਆ ਮੇਰੇ, ਜੇ 9:30 10 ਦੀ ਆਈ ਸਮਝ ਲੈ। ਬਸ ਬਸ ਬਹੁਤ ਘੱਟ ਆਈ ਯਾਰ, ਹੋਰ ਖਰਚਾ ਹੀ ਮੁੜਿਆ। ਚੱਲ ਖਰਚਾ ਹੀ ਮੁੜ ਗਿਆ ਇੰਨਾ ਥੋੜਾ। ਹੋਰ ਸੁਣਾ ਫਿਰ? ਬਸ ਵਧੀਆ। ਹੈਂ ਮਰਾ ਮਾਸਟਰ ਨੂੰ ਗੱਡੀ ਦਵਾ ਲਿਆ ਵੇ ਗੱਲ ਹੈ। ਦਵਾਤੀ? ਤੂੰ ਨਹੀਂ ਗਿਆ ਗੱਲ? ਗਿਆ ਤਾਂ ਮੈਂ। ਹਾਂ ਦੇਖਿਆ ਤਾਂ, ਦੇਖਿਆ ਤਾਂ ਨਹੀਂ ਫੋਟੋ 'ਚ। ਕਿਹੜੀ 'ਚ? ਜਿਹੜੀ ਵੀਡੀਓ ਪਾਈ ਵੀ ਮੈਂ ਦੇਖੀ ਸੀ ਵੀਡੀਓ, ਗੱਲ ਫੋਟੋ ਦੇਖੀ ਸੀ ਮਸ਼ੀਨ ਚੱਲਦੀ ਚੱਲਦੀ ਜੇ ਪਿੱਛੇ ਹੈਗਾ ਤਾਂ ਮੈਂ ਹੈਗਾ ਤਾਂ। ਪਾਰਟੀ ਕਰੀ ਕਿ ਨਹੀਂ ਕਰੀ? ਪਾਰਟੀ ਕਰੀ ਹੈ ਸ਼ਾਮ ਨੂੰ, ਪਾਰਟੀ ਕਰੀ ਆਪਣੀ ਠੰਡੇ ਦੀ ਪਾਰਟੀ ਆ। ਰਾਜੇ ਢਾਬੇ ਉੱਲੇ ਜਾਣਾ ਦਾ ਮਾਸਣ ਨੂੰ ਹੈ, ਰਾਜੇ ਢਾਬੇ ਪਰ ਚੱਲ ਦੇਖਦੇ ਆ। ਅਜੇ ਕਿਹੜਾ ਮੁੱਕ ਗਿਆ, ਲੱਗਣਾ ਪੁਰਾਣੀ ਈ ਚਲੇ ਗਈ, ਰੋਜੇ ਚਲੇ ਗਏ ਹੈ ਕਿ ਨਹੀਂ। ਇਹ ਕਣਕ ਵਧੀਆ ਨਿਕਲਦੀ ਆ, ਤਾਂ ਆ ਵੀ ਕਣਕ ਵਧੀਆ ਇੱਧਰ ਲਈ ਵੀ ਠੀਕ ਹੈ, ਕਾਫੀ ਵਧੀਆ। ਗੁੱਲੀ ਡੰਡਾ ਬਹੁਤ ਹੈ ਸਾਲਾ ਐ ਚ ਐ ਚ ਹੁਣ ਆ ਵੱਢਣੀ ਗਾ। ਹਾਂ ਇੱਧਰ ਅੱਜ ਅਜੇ ਹੀ ਏਰੀਆ ਮੰਨਣਾ, ਪ੍ਰਧਾਨ ਕਹਿੰਦੇ ਤਾਂ ਮੇਰੇ ਵੱਢ ਦਿਓ। ਹੈਂ ਅਜਾ ਲੇਟ ਹੋ ਗਏ ਥੋੜੇ ਜੇ, ਕੌਣ ਵੱਢਣੇ? ਨਹੀਂ ਨਹੀਂ ਠੀਕ ਆ, ਟਾਈਮ ਠੀਕ ਆ, ਤੂੜੀ ਬਹੁਤ ਬਣਦੀ ਸਵੇਰੀ। ਮੈਂ ਬਹੁਤ ਆਹ ਥੋੜੀ ਬਣਨੀ ਤੂੜੀ, ਆਪਣੇ 7 ਬੰਦੇ ਨੂੰ ਖਾਬੇ ਲਿਓ ਨਾ। ਹੁਣ ਤੈਨੂੰ ਮੈਂ ਦੱਸਦਾ ਗੱਲ, ਰਾਤ ਕਾਲੇ ਦੀ ਵੱਢਣੀ ਸੀ, ਡਰਾਈਵਰ ਬੱਸ ਬਜ਼ਾਰਾ ਮਾਤਾ ਦਾ ਮਾਲ ਆ, 1.5 ਕਿੱਲੇ ਨੂੰ 12 ਵਜਾਇਆ 9 ਵਜੇ ਤੋਂ ਲੈ ਕੇ। ਹੋਰ ਨਹੀਂ ਕਾਲੇ ਦੀ ਰਾਤ ਵੱਢਣੀ ਸੀ ਅੰਬ ਵਾਲੀ, ਆਪਾਂ 7:30 ਨੂੰ ਵੱਢ ਦੇਣੀ ਉਹਦੇ। ਮੈਂ ਵਿਹਲਾ ਹੋ ਜਾਣਾ 7:30 ਹੋ ਘਰ ਦਾ, ਉਹ ਦਿੱਤਾ ਉਹਦੇ ਨਾਲ ਆਹ ਚੰਗਾ ਡਰਾਈਵਰ ਨਾਲੋਂ ਤਾਂ ਦੂਏ 'ਚ ਗੇਅਰ 'ਚ ਮਸ਼ੀਨ ਲਈ ਵੇਦੋ, ਪਹਿਲੇ 'ਚ ਲਈ ਵੀ ਜਾਂਦਾ ਇੰਚ ਵੀ, ਦੁਪਹਿਰ 'ਚ ਵੀ ਸ਼ੇਖਰ, ਦੁਪਹਿਰੇ 'ਚ ਵੀ ਪਹਿਲੇ ਗਜੀਰੀ ਵਾਲਾ ਗੇਅਰ ਲਾ ਲੈਂਦਾ ਉਹ, ਕੰਮ ਬਹੁਤ ਨਿਬੇੜਦਾ ਆਪਣਾ ਉਹਦੇ ਨਾਲ ਤਾਂ ਆਹ ਠੀਕ ਆ। ਕਾਲਾ ਤਾਂ ਦੁਖੀ ਕਰਿਆ, ਮੈਂ ਕਾਲੇ ਨੂੰ ਹੋਰ ਖਜਾਈ ਜਾਂਦਾ, ਮੈਂ ਕਾਲੇ ਤੈਨੂੰ ਕਹਾਂ ਜੀਰੀ ਸੀਜ਼ਨ 'ਚ ਹੀ ਦੇਣਾ, ਕਹਿੰਦਾ ਨਾ ਵੀਰ ਮੈਂ ਤਾਂ ਕਢਾਉਣੀ ਚੰਗੀ ਆ। ਨਾ ਉਰੀ ਆ ਕਿ ਚਲੇ ਗਿਆ ਚਿੱਤ ਭੇਜ ਦੇਣਾ ਰੱਜ, ਕਿਆ ਫਾਇਦਾ ਬਾਈ ਬੜਾਈ ਤਾਂ ਕਰਦਾ ਨੀ। ਕੱਲ ਦਿਨ 'ਚ ਸਵੇਰੇ ਉੱਠਿਆ ਕਾਲਾ, ਕਹਿੰਦਾ ਚੱਲ ਉਹਨੂੰ 1 ਵਜੇ ਵੀ ਰੋਟੀ ਨੂੰ ਛੱਡੇ ਵੀ ਚੱਲ ਰੋਟੀ ਖਿਲਾ ਦੇ ਉਹਨੂੰ, ਵੀ ਉਹ 2 ਘੰਟੇ ਨਾਲੇ ਆਰਾਮ ਕਰ ਲੈਂਦਾ, ਅੱਗੇ ਮੈਂ ਰੋਜ਼ ਆਰਾਮ ਕਰਦਾ, ਮੈਂ ਉਨੀ ਖਚਾਈ ਜਾਂਦੇ ਕਰ ਦਿੰਦਾ ਦੂਏ ਪਾਸੇ ਨੂੰ 2 ਘੰਟੇ ਪੈ ਕੇ। ਕਹਿੰਦਾ ਜੀ ਮੈਂ ਇੱਥੇ ਨਹੀਂ ਮਸ਼ੀਨ ਚੱਲਣੀ ਹੈਗੀ, ਮੈਂ ਇੱਥੇ ਤਾਂ ਕਹਿੰਦਾ ਕਈ ਵਾਰ ਖੰਬਿਆਂ ਦੀ ਖਿੱਚ ਖੂਨ 'ਚ ਫਸ ਜਾਂਦੀ ਨੇ, ਇੱਥੇ ਨਹੀਂ ਕਹਿੰਦਾ ਮਸ਼ੀਨ ਚੱਲਣੀ ਹੈਗੀ, ਆਪਣਾ ਬੰਦਾ ਹੋਰ ਦੇਖ ਲਓ। ਕਹਿੰਦਾ ਹੋਰ ਠੀਕ ਆ? ਬਸ ਵਧੀਆ ਵਧੀਆ, ਪਰ 100 ਕਿੱਲਾ ਵਰਤਾ ਰਹਿੰਦੇ ਆ ਅਸੀਂ ਕਾਲੇ ਨੇ ਰਾਤ ਨੂੰ, ਇੱਥੋਂ ਨਹੀਂ ਵੱਢ ਹੋਣੇ ਥੋੜ੍ਹੇ ਜਿਹੇ ਵੀ। ਹਾਂ ਮੈਂ ਨਾਲੇ 7 ਵਜੇ 7:30 ਵਜੇ ਮੈਂ ਛੱਡ ਕੇ ਘਰ ਆ ਜਾਂਦਾ ਇਹਨਾਂ ਨੂੰ, 100 ਕਿੱਲੇ ਹੱਥ ਲਾ ਦਿੰਦੇ। ਹਾਂ ਦੋਹਾਂ ਨੇ ਨਾਲੇ ਦੇਖ ਲਾ, ਆਹ ਤਾਂ ਕਣਕ ਬਾਈ ਚੰਗੀ ਆ ਤੇਰੀ, ਦਾਣਾ ਠੀਕ ਹੈ ਇਹਦਾ ਤਾਂ। ਇਹਦਾ ਦਾਣਾ ਠੀਕ ਆ, ਇਹਦਾ ਦਾਣਾ 1 ਨੰਬਰ ਆ, ਖਾਣੇ ਯੋਗੀ ਹੋ ਜੂਗਾ। ਚਲ ਰੋਟੀਆਂ ਤਾਂ ਵਧੀਆ ਖਾਉਂਗੇ, ਬੀਜ ਬੂਜ ਠੀਕ ਆ, ਦਾਣਾ ਠੀਕ ਆ, ਮਰਿਆ ਨਹੀਂ ਜਾਣਾ, ਹੈਗਾ ਤਾਂ ਹੈਗਾ ਵਿੱਚ ਮਰਿਆ, ਆਪਾਂ ਗੁੱਲੀ ਡੰਡਾ ਥੋੜਾ ਖਾਸਾ ਹੈ। ਮਾੜੀ ਮੋਟੀ ਹੋਵੇ ਨਹੀਂ, ਬਿੱਡ ਕਰਦੇ ਹੁੰਦੇ ਅੱਗੇ ਬੜਾ, ਇੱਥੋਂ ਕਸੇ ਹੀ ਨੀ ਉਹ ਕਣਕੇ ਦੀ ਇੰਨੀ, ਉਹ ਤੈਨੂੰ ਬਹੁਤ ਲੋਕਾਂ ਨੇ ਨੀ ਬਿੱਡ ਕਸਿਆ ਪਿਆ, ਕਰੂੰਗਾ ਕਿਆ ਅਗਲਾ। ਕੱਲ ਇੱਥੇ ਇੱਕ ਇੱਥੇ ਝੱਲੀਆਂ ਨਾ, ਹਾਂ ਝੱਲੀਆਂ ਵਾਲੇ ਦੀ ਵੱਢ ਗਏ ਬਾਈ ਦੀ ਆਈਪੀ ਉਹਨਾਂ ਦੀ, ਉਹਨਾਂ ਨੇ ਐਡਾ ਟਰਾਲਾ, ਉਹਨੇ ਵੀ ਬਿੱਡ ਲਾਇਆ, ਮੈਂ ਬਿੱਡ ਲਾ ਲੈਂਦਾ ਬਾਈ, ਬਿੱਡ ਲੈ ਜਾਂਦੇ ਫਿਰ ਟਰਾਲੇ, ਮੈਂ ਬਿੱਡ ਲਾ ਲੈਂਦਾ ਬਾਈ। ਕਹਿੰਦਾ ਦੇਖਦਾ ਤਾਂ ਹੈ ਨਹੀਂ ਕੋਈ ਬਿੱਡ ਲੱਗਣੇ ਨੇ ਵੀ ਭੈਣ ਜੋ ਬੇਇੱਜ਼ਤੀ ਹੁੰਦੀ, ਕਹਿੰਦਾ ਅਗਲਾ ਕਹਿੰਦਾ ਐਡਾ ਬਿੱਡ ਲਾਇਆ ਦੇ ਟਰਾਲੇ 'ਚ, ਕਿਹਾ ਚਿੱਪ 'ਚ ਵੀ ਨਹੀਂ ਆਈ ਉਹਦੀ, ਬਹੁਤ ਔਖਾ ਕੰਮ ਹੈ, ਯਾਨੀ ਕਿ 20-20 ਹਜ਼ਾਰ ਦਾ ਘਾਟਾ ਬਾਈ ਸਿੱਧੇ ਕਿੱਲੇ ਨਾਲ ਠੇਕੇ ਵਾਲਿਆਂ ਦਾ। ਹਾਂ ਚੱਲ 20-20 ਹਜ਼ਾਰ ਦਾ ਉਹ ਤੁਹਾਡੇ ਤਾਂ ਫੇਰ ਉਹਦੇ 20-25-30 ਹਜ਼ਾਰ ਨੂੰ ਕਿੱਲਾ ਠੇਕੇ ਵਾਲਾ, 50-50 ਹਜ਼ਾਰ ਨੂੰ ਲਈ ਫਿਰਦੇ ਲੋਕ, 55-55 ਹਜ਼ਾਰ ਨੂੰ 4 ਕਿੱਲੇ ਮੈਂ ਮੰਨ ਕੇ ਜਾਂ ਤੂੰ 80 ਹਜ਼ਾਰ ਦਾ ਘਾਟਾ ਪਿਆ, ਫੇਰ ਬੰਦਾ ਕਿੱਥੇ ਨਾਲ ਜੂਏ ਨਾਲ ਕਿਆ ਕਰੂਗਾ ਜਿਵੇਂ ਦਾ ਗੱਲ ਹੈ।
ਫੇਰ ਕਹਿੰਦੇ ਚੱਲ ਦੇ ਦੂਗਾ ਰੱਬ, ਰੱਬ ਨੇ ਤਾਂ ਭਾਈ ਦੇ ਦੇਣਾ ਹੌਲੀ ਹੌਲੀ ਦੇ ਦੂਗਾ। ਜਿਹੜੀ ਹੁਣ ਠੋਕਰ ਵੱਜੀ ਹੈ ਇੱਕ ਅੱਧ ਪੂਰੀ ਉੜੀ ਹੈ। बहुत भाई लोग झाड़ घट है, सारे झाड़ घट है। हां तेरी चंगी निकले आई देख ला मशीन लाई फिर सात सौ का टाइम इन यार काले ने पिछे सौ किला वढ़ता दोहा ने रात नूं वढ़ के आउंदे खिच तू करके वढ़े आउंदे दस किले थले कदे आए नहीं घर नूं। ਵੱਡ ਹੋ ਗਿਆ ਤੋੜੀ ਬਹੁਤ ਬਣਦੀ ਆ ਸਵੇਰੇ ਸਵੇਰੇ ਵਾਲੀ ਦੀ ਬਾਈ ਤਾਂ ਆਪਾਂ ਕਹਿੰਦਾ ਆਪਾਂ ਸੱਚ ਨੇ ਜਾਣੀ ਨਾ ਉਦੋਂ ਵੀ ਤਾਂ ਗਲਤੀ ਸਾਂਝਿਆਂ 'ਚ ਪਹਿਲਾਂ ਗਲਤੀ ਲਾ ਕੇ ਕਰ ਲਈ ਹੋਰ ਨਹੀਂ ਉੱਥੇ ਤੂੜੀ ਬਹੁਤ ਹਾਂ ਪਰ ਉਹਦਾ ਹੈ ਤੂੜੀ ਵੀ ਘੱਟ ਦੋ ਟਰਾਲੀਆਂ ਕਿੱਲੇ ਦੀਆਂ ਡਿੱਕਈ ਦੇ ਡੇੜੇ ਆ ਇਹਦੀਆਂ ਦੋ ਬਣਨਗੀਆਂ ਯੂਪੀ ਵਾਲਾ ਵੀ ਦੇਖਦਾ ਹੋਣਾ ਵੀ ਜਿਹੜਾ ਆਉਂਦਾ ਮਸ਼ੀਨ ਭਜਦੇ ਸੀਟ ਤੋਂ ਬਹਿ ਕੇ ਆਪਣਾ ਗੇਅਰ ਮਾਰ ਕੇ ਲੈ ਜਾਂਦਾ ਵੀ ਕਿਆ ਚੱਕਰ ਹੈ बंदे नूं सिखाऊंगे पिछे पिछे सीजन तेरे खेत च बुखार चढ़ गया था मेनू ओ जे इन्हां नूं सिखाई हुई थी अर्थवीर नूं इन्हां ने सामने किन्नी खेत वढ़ते रहे जानू मैनूं ठीक जा होया जे तूं दवाई दवा के लाया था मेनू बंदे दिखाए फायदा भाई नाले ना मेरे को दो तीन सीजन ला ले यार फिर भी फुल कारीगर लाओ जी भाई सत्त बिगे जो एक टैंक का हर्षवीर ने घट कटता फुल भर के यानी चलो मान लो बंदा एक क्वांटल का कटिया होना फुल भी कहू भरिया हो दूआ टैंक लगे हम क्डना वड हो गया खेत सारा लो जी भाई मलकीत बाई का इधर भी गेड़े आ गए तीन गेड़े आ गए पूरे खेत में टैंक फिर भर गया फुल हो गया टैंक लग्या दाने कढ़ना देखो उधर हर्षवीर चला रहा भाई हर्षवीर वधिया चला बहुत मशीन कोई मैनू मैं तो कह रहा मैं छड़ के घर भी चल जाता रहा हिसाब ला लो मैं जीरी च मैं अपनी साली के ब्याह से गया तो उत्थे भी इनू छड़ के गया हर्षवीर कोई जीरी च भी कोई भी बंद ने एक ने खेत वाले ने फोन नहीं कराया भाई यार बंदा सही नहीं पढ़ता इतने हूँ जो अपना तार के उतर जाइए तो जो कह अगला ये यूपी सत श्रीकाल यूपी जी सत्या सभी भाइयों को सत और फिर क्या हाल चाल है और आंचल बढ़िया है हाँ आंचल बढ़िया है क्या कर रहा है कुछ नहीं खड़ा हूँ आज नया बंदा गाड़ी चला रहा है टैंक खाली करते थे तू भी देखता होना भी जेड़ा आंदा और उही सेल्फ मार के ले जांदा है तुम भी देखते हो जो आदमी यहाँ आता है वही सेल्फ मारता अपने गड्डी खेत में ले जाता है। हाँ जी काला जी सत श्री अकाल भाई जी सारे मैं ये भी देखता होना है भाई जी पुराना बंदा है हमारा नहीं कैसे लगा जब उसने स्टार्ट किया और ले गया देख ले नहीं ये भी कहना होना भी जेड़ा बंदा आंदा अपनी सेल्फ मारता अपने खेत च ले जाता है। नींद्र भाई ये क्या है क्या क्या है ये कणक बड़ी है जी एक नंबर है जी है? अच्छा और सुना ठीक है निंदर तो भाई उठा नहीं हैगा हां उठा नहीं हैगा उठा पता वीर मैं बात करेगा तू हां उस टाइम नहीं उठा था तू हां उठा दस देख ले इन्हें ग्रीस भी करते तो ताफे हर्षवीर कहना मैं ले चला ओ बोले
ਮੈਨੂੰ ਹਰਸ਼ਵੀਰ ਪੱਕਾ ਭੰਗੜਾ ਪਾਊਗਾ ਬਾਈ ਪਾਊਗਾ ਜੇ ਪਾਉਣਾ ਭੰਗੜਾ ਦੇਖੀ ਚੱਲ ਤੂੰ ਉੱਪਰੇ ਪਾਈ ਜਾਣਾ ਨਾ ਸੀਟ ਉੱਪਰੇ ਹਰਸ਼ਵੀਰ ਪੂਰਾ ਭੰਗੜਾ ਪਾਊਗਾ ਪਰਾਦਾ ਸੋਹਣਾ ਝਾਨ ਨਿਕਲਿਆ ਇਹਦੇ ਉਰੇ ਤੇਰੇ ਮੇਰੇ ਤਾਂ ਹਲੇ ਜਿਹੜਾ ਮਰੀ ਵੀ ਤੇ ਉਹ ਵੱਡੀ ਆ ਉਹ 10-12 ਦੀ ਹੋਣੀ ਹੈ 10 ਵੀ 8 ਵੀ ਹੋ ਜਾਵੇ ਤਾਂ ਵੀ ਹੈ ਬਾਕੀ ਹਲੇ ਦੂਏ ਖੜੀ ਆ ਜਿਹੜੇ ਮਰ ਗਏ ਤੇ ਨਹੀਂ ਬਾਈ ਡਰਾਈਵਰ ਇਹ ਜਿਹਾ ਲਿਆਂਦਾ ਨਾ ਆਪਣਾ ਦੁਆ ਵੀ ਗੱਲੇ ਛੱਡ ਦੇ ਚੱਲ ਕੋਈ ਨਹੀਂ ਹੈ ਉਹਨੇ ਲੈ ਦੇ ਤੰਗ ਕਰੇ ਹੋਏ ਆ मशीन कद भंगड़ा खुश होता खुश गूंजा जहा रह गया तेरे बढ़न से बढ़न लगे हम भाई हम आप लागे मशीन चला हर्षवीर उतर गया था हर्षवीर का खेत बढ़िया गया हर्षवीर अच बहुत खुश है कणक वधिया निकली आ आप अरदास करते महाराज भी जी ने भाई मेहनत करी हुई है कि चलो मेरे वीर घाटा ना पावे सब भी वधिया निकले चलो हूँ आप कमालपुर जाना है कमालपुर के जीत अंकल ने जाना है उन्होंने सामने खेत आ ट्रैक्टर भी खड़ा 855 उन्होंने उन्होंने वढ़नी आ देखते हैं कला कि रूट बना ਉਹ ਵੱਢਣੇ ਸਾਹਮਣੇ ਰਾਈਟਰ ਖੜਾ ਸਾਹਮਣੇ ਗੇਤ ਵੱਢਣ ਨਾਲ ਉਹ ਮੋਟਰ ਦੇ ਉੱਪਰ ਨੂੰ ਆ ਉਹ ਵੱਢ ਕੇ ਇਹ ਤਾਰਾਂ ਪਾਉਂਦਾ ਬਾਈ ਕਿਤਾ ਇੱਧਰ ਇਹ ਏਰੀਏ 'ਚ ਥੋੜ੍ਹੀਆਂ ਤਾਰਾਂ ਜ਼ਿਆਦੇ ਆ ਤਾਰਾਂ ਕਰਕੇ ਥੋੜ੍ਹਾ ਜਿਹਾ ਪੰਗਾ ਪੈਂਦਾ ਉਰੇ ਦੇਖੋ ਖੰਭੇ ਕਣਕਾਂ ਬਾਈ ਵੱਢੇ ਨਾਲ ਦੀ ਨਾਲੇ ਤੂੜੀ ਵਾਲੀ ਮਸ਼ੀਨਾਂ ਵੱਢੀ ਜਾਂਦੀਆਂ ਬਾਈ ਉੱਧਰ ਮਸ਼ੀਨ ਨਿਕਲਦੀ ਆ ਕੰਬਾਈਨ ਤੂੜੀ ਵਾਲੀ ਖੇਤ 'ਚ ਨਾਲ ਦੀ ਨਾਲੇ ਸਰਕਲ ਸਾਰਾ ਬਣੀ ਜਾਂਦਾ देख लो भीरे जेड़े मेरे भीर कई कमेंट करते हैं भाई तुम यूपी वाले मशीन सिखाओ सिखाओ भाई सीट पर बैठना सौखा है थले का कम बहुत औखा इनू क्या पहला कम सीख ला भाई इन सवेरे ना फीट वाली कितने बैल्ट उतर गई इनू क्या बैल्ट चला दे इन्हें बैल्ट चला उरे इतने तो थले बैल्ट पाती उरे बैल्ट चलाती इन्ना सगर करो सच ने जी अगर लाती है लाल करती थी पत्ती बैल्ट भी एन गर्म होगी हूँ बैल्ट ज लीवर कटते हैं हरेक बार उतर जाती है ये थोड़ा ध्यान रखा करो समझ गया सीट का सीट पे तो जब मर्जी बैठ जा सीट वाला काम सौखा है मुश्किल नहीं है कोई इधर मुश्किल है हाँ सीट पे तो जब मर्जी बैठ जा स्टेयरिंग तो जब मर्जी घुमा ले बाकी ब्रेकां ना भाई काम देखो ब्रेकां एक ब्रेक बंद कर दी अपने कल एक ब्रेक बंद कर दी जा देखो
नट लाता भाई, नट रखे हुए उन्नी नंबर से ब्रेक जुड़ी दे, इको ब्रेक पर कम चलता भाई। तो थानू पता सही जाता टाइम आ भाई, एक आप खड़ा भी नहीं सकते है ना जी। चलो हूँ यूपी वाला ब्लॉक बनाऊगा, उपर का जब मर्जी चला ले, नीचे का ध्यान चाहिए आदमी को, समझ गया। हाँ नीचे की नॉलेज चाहिए इस गड्डी की, ऊपर तो स्टेयरिंग तो जब मर्जी कमा ले। हाँ जी बापू, सत श्री अकाल। सत श्री अकाल, कैसे हो बापू? बढ़िया हो? और अपने खेत में गड्डी चल रही है, गेहूं कट रहे हैं, कैसे निकले है? कैसे निकल रहे हैं? कैसे निकलेगा, जाके कंटे पे पता लगेगा। अच्छे निकल रहे हैं ना? अच्छा ही आंकड़ा निकलता है। सफाई दे रही है गाड़ी? गाड़ी सफाई दे रही है ना? कौन सा गाँव है अपना? मालपुर। ये कौन सा डिस्ट्रिक्ट पड़ता है? चमकौर साहब। रोपड़ भी है? रोपड़ रोपड़ भी है, दो ही चल दे। अच्छा अच्छा, कितने बीघे अपने गेहूं कट रही हैं आज? तीन चार किले। क्या एवरेज चल रहा है आपकी बार? क्या 12-13-14 का मंदी है अबकी बार? क्या मंदी है? मंदी है, हल्का लिख रहा है गेहूं। क्या हल्का निकलता है? पानी ज्यादा हो गया था इस बार, तभी तो। चलो किसान है फिर से प्रयास करेगा। हाँ जी भाइयों, चलो आज आपको एक नई जानकारी देते हैं। ये देखिए खेत है, इस खेत में किसान ने दो फसल ली हैं, बीच में गेहूं की फसल रखते हैं और इसके बीच बीच में पॉपुलर के पेड़ लगाते हैं। इससे किसान को डबल प्रॉफिट होता है। सभी किसानों को डबल प्रॉफिट लेने के लिए डबल फसल करनी चाहिए, क्योंकि गेहूं तो ज़्यादा अच्छा रेट नहीं रहता, हर साल कम ही रेट देता है किसान को। पॉपुलर का 5-6 साल में अच्छा पैसा मिल जाता है किसान, जिससे कोई अच्छा सा काम कर सकता है अपना। चलो अगर आपको लगाना हो पॉपुलर तो कमेंट बताइए, आगे और जानकारी देंगे। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕਿਵੇਂ ਆ ਜੀ ਝਾੜ ਰੋੜ ਜੀ? ਝਾੜ ਜਮੀ ਖਤਮ। ਹਾਂਜੀ 5 ਕੁਇੰਟਲ ਕਿੱਲੇ ਦਾ 6 ਬਸ। ਅੱਛਾ ਜੀ, ਮਾਰੇ ਗਏ ਐਤਕੀ ਤਿਆਰ ਬਾਈ ਆਪਣੇ, ਕਹਿੰਦੇ ਇੱਥੇ ਥੋੜੀ ਹੋਈ ਹੋਈ ਆਈ। ਹਾਂਜੀ ਹਾਂਜੀ ਹਾਂਜੀ, ਇਹ ਕਹਿੰਦੇ ਪਾਣੀ ਮੀਆਂ ਕਰਕੇ ਹੋ ਗਿਆ ਜੀ ਕੰਮ ਖਰਾਬ। ਪਾਣੀ ਕਰਕੇ ਬਾਈ। ਅੱਛਾ ਜੀ, ਪਾਣੀ ਕਰਕੇ ਜਮੀ ਜ਼ੀਰੋ ਆ ਕੰਮ ਖਰਾਬ। ਹਾਂਜੀ, 5-6 ਕੁਇੰਟਲ ਕਿੱਲੇ ਦਾ ਝਾੜ ਆ ਐਤਕੀ। ਹਾਂਜੀ, ਕੁਛ 10-12 ਨਿਕਲਦਾ ਜੀ। ਸਾਰੇ ਤਾਂ ਜਮੀ ਘੱਟਾ ਜੀ। ਹਾਂਜੀ ਹਾਂਜੀ, ਮੀਂਹ ਨੇ ਕੰਮ ਉਹ ਕਰਤਾ ਜੀ। ਮੀਂਹ ਹਟਿਆ ਨੀ ਬਾਈ ਜੀ, ਹਟਿਆ। ਚਲੋ ਠੀਕ ਹੈ ਜੀ। ਹੋਰ ਜੀ ਬਟਾਲੀ ਜੀ ਹੋ ਗਏ ਜੀ ਵਿਹਲੇ ਜੀ? ਚਲੋ ਠੀਕ ਹੈ ਜੀ, ਫਿਰ ਚਲੋ ਜੀ ਫਿਰ।
ਭਾਈ ਫਿਰ ਹੋ ਗਿਆ ਜੀ ਵਿਹਲੇ ਨਿਪੜ ਗਿਆ ਨਿਪੜ ਗਿਆ ਬਾਈ ਵਿਹਲਾ ਹੋ ਗਿਆ ਜੀ ਹੁਣ ਠੀਕ ਹੈ ਜੀ ਹਾਂ ਬੋਲੇ ਜੀ ਪਾਕੀ ਬੰਦੇ ਕਾਫੀ ਵਿਹਲੇ ਹੋ ਵੀ ਗਏ ਤੁਸੀਂ ਅਜੇ ਲੇਟ ਵੱਢ ਲੱਗੇ ਹਨ ਜੀ ਸਾਡੀ ਕਣਕ ਨਰਮ ਸੀ ਮਾੜੀ ਸੀ ਥੋੜੀ ਅੱਛਾ ਜੀ ਚਲੋ ਠੀਕ ਹੈ ਜੀ ਫਿਰ ਲੋ ਜੀ ਉਹ ਸਾਹਮਣੇ ਮੋਟਰ 'ਤੇ ਪਪੀਤੇ ਲੱਗੇ ਹੋਏ ਤੇ ਜੀ ਬਹੁਤ ਉੱਚਾ ਪੇੜ ਤਾ ਅਤੇ ਉਹ ਪੇੜ ਪਪੀਤੇ ਦੇ ਪਰ ਚੜ੍ਹ ਕੇ ਜੀ ਪਪੀਤੇ ਲੈ ਗਿਆ ਤੋੜ ਕੇ ਦੇਖੋ ਜੀ ਆਹ ਪਪੀਤੇ ਆ ਐਨ ਪੱਕੇ ਹੋਏ ਆ ਜੀ ਇੱਕ ਵਾਰ ਥੱਲੇ ਗਿਰ ਗਿਆ ਇਹ ਪਿਆ ਬਹੁਤ ਉੱਚੀ ਲੱਗੇ ਹੋਏ ਤੇ ਬਾਈ ਬਹੁਤ ਮੌਕਾ ਤੋੜ ਕੇ ਲੈ ਕੇ ਆਇਆ ਮੈਂ ਕਿਹਾ ਚੱਲ ਨਿੰਦਰ ਬਾਈ ਨੂੰ ਖਿਲਾਉਂਦੇ ਆ ਜੀ ਮੇਰਾ ਕਿਤੇ ਹੋਏ ਅਮਰੂਦ ਮਰਾ ਤਾਂ ਉਹ ਨਹੀਂ ਛੱਡਦਾ ਹੈਗਾ ਜੀ ਅਮਰੂਦ ਵੀ ਤੋੜ ਲਈਦੇ ਸਾਹਮਣੇ ਭਾਈ ਵੱਢੋ ਲੱਗਿਆ ਪਿਆ ਜੀ ਨਿੰਦਰ ਬਾਈ ਜੀ ਰੋਟੀ ਰੁਟੀ ਖਾ ਲਈ ਅੱਜ ਕਾਲੇ ਨੇ ਬਾਈ ਡਰਾਈਵਰ ਜਿਹੜਾ ਹੈਗਾ ਤਾਂ ਆਪਣਾ ਰੱਖਿਆ ਤਾਂ ਫਰਾਰ ਕਰਤਾ ਇਹਨੇ ਉਹ ਛੁੱਟੀ ਕਰਤੀ ਉਹਦੀ ਅੱਜ ਆਪ ਲੱਗਿਆ ਹੋਇਆ ਦੁਪਹਿਰਾ ਕੁੱਟਣ ਹੁਣ ਦੇਖਦੇ ਹਾਂ ਵੀ ਦੋ ਤਿੰਨ ਘੰਟੇ ਅੜ ਕੇ ਲਾਉਂਦਾ ਕਿ ਨਹੀਂ ਲਾਉਂਦਾ ਕੀਲਾ ਕਵੱਡੇ ਬਾਈ ਕਹਿਣ ਲੱਗਦਾ ਕੰਡ ਲੜ ਗਈ ਕੰਡ ਲੜਨ ਲੱਗ ਗਈ ਹੈ ਜੀ ਇਹਨੇ ਹਾਂਜੀ ਹਾਂਜੀ ਕੀਲੇ ਕੇ ਬਾਅਦ ਕੰਡ ਲਾਉਣ ਲੱਗ ਜਾਂਦੀ ਇਹਦੇ ਬਾਕੀ ਜਿੰਨੇ ਨੂੰ ਮਾੜੀ ਆਦਤ ਆ ਦੇਖੋ ਕਿਸੇ ਦੀ ਮੋਟਰ ਪਰ ਪਪੀਤਾ ਲੱਗਿਆ ਹੋਵੇ ਕਿਸੇ ਦੇ ਅਮਰੂਦ ਲੱਗਿਆ ਹੋਵੇ ਰੋਟੀ ਨਾਲ ਕਿ ਛੱਡਦਾ ਨਹੀਂ ਕੁਛ ਵੀ ਕਿਸੇ ਦੀ ਮੋਟਰ ਕੁਛ ਨਹੀਂ ਛੱਡਦਾ ਹੈ ਇਹਦੇ ਕਹਿ ਤੇਰਾ ਕੋਈ ਬੈਰ ਤਾਂ ਨਹੀਂ ਹੈਗਾ ਫਲ ਫਰੂਟ ਆ ਗਿਆ ਉਹ ਮੈਂ ਕਿਹਾ ਚੱਲ ਵਧੀਆ ਨਾਲ ਚਾਹ ਖਾ ਲਓ ਜੋ ਦੇ ਹੈ ਕੋਈ ਖਾਣੇ ਵਾਲੀ ਚੀਜ਼ ਸਾਹਮਣੇ ਪਈ ਹੋਵੇ ਕਿਤੇ ਰਹਿ ਹੁੰਦਾ ਜੀ ਫਿਰ ਚੱਲ ਹੁਣ ਕਰੀਏ ਫਿਰ ਆਰਾਮ ਲਓ ਜੀ ਬਾਈ ਰੋਟੀ ਰੋਟੀ ਖਾ ਕੇ ਆਰਾਮ ਤੇ ਲੱਗੇ ਪਏ ਤੇ ਕਾਲੇ ਬਾਈ ਦਾ ਫੋਨ ਆ ਗਿਆ ਕਹਿੰਦਾ ਆ ਜਾ ਛੇਤੀ ਕੰਡ ਬਾਲ ਲੜਦੀ ਆ ਮਾਲਕਾਂ ਦੇ ਬਾਈ ਕਿਤੇ ਮਸ਼ੀਨਾਂ ਚੱਲਦੀਆਂ ਹੁੰਦੀਆਂ ਡਰਾਈਵਰ ਅੱਜ ਇਹਨੇ ਜਿਹੜਾ ਰੱਖਿਆ ਤਾਂ ਆਪਾਂ ਨੇ ਚਲੋ ਐਵੇਂ ਤਾਂ ਘੱਟ ਵੜਦਾ ਨਾ ਚਾਹੇ ਵੱਧ ਵੜਦਾ ਮੈਂ ਤਾਂ ਉਹਨੂੰ ਮਸ਼ੀਨ ਚਲਵਾਉਂਦਾ ਜੀ ਤਾਂ ਉਹਦੇ ਇੱਕ ਰਾਤ ਨੂੰ ਦਿੰਦਾ ਤਾ ਉਹਨੂੰ ਚੱਲ ਐਂ ਤਾਂ ਵੀ ਐਂ ਤਾਂ ਹੁੰਦਾ ਤਾਂ ਵੀ ਕੋਲ ਹੈਗਾ ਬਾਈ ਮੇਰਾ ਇਕੱਲੇ ਦਾ ਨਾਥ ਵੱਜਿਆ ਤਾਂ ਪਹਿਲਾਂ ਤੁਸੀਂ ਦੇਖਿਆ ਜੀ 9 ਤਰੀਕ ਨੂੰ 10 ਤੇ ਲੈ ਗਏ 14 13 ਤਰੀਕ ਤੱਕ ਬਾਈ ਇਕੱਲੇ ਨੇ ਮਸ਼ੀਨ ਚਲਾਈ ਆ ਪੂਰੀ ਐਨ ਠੋਕ ਕੇ ਚਲਾਈ ਆ ਹੁਣ ਬੰਦਾ ਇਹਨੇ ਅੱਜ ਭੇਜਤਾ ਉਹ ਕਹਿੰਦਾ ਫ੍ਰੀ ਦੀ ਦਿਹਾੜੀ ਪਾਉਣਾ ਤੂੰ ਕੰਮ ਤਾਂ ਰਾਤ ਨੂੰ ਡੇਢ ਕਿੱਲਾ ਵੱਢਿਆ ਹੋਣਾ ਕਿਤੇ ਗਿਰੀ ਗੁਰੀ ਹੋਈ ਹੋਣੀ ਆ ਤਾਂ ਕਰਕੇ ਹੋ ਜਾਂਦਾ ਘੱਟ ਵੱਧ ਹੋ ਜਾਂਦੇ ਆ ਬਾਈ ਬਾਕੀ ਉਹ ਵੀ ਥੋੜ੍ਹਾ ਜਿਹਾ ਢਿੱਲਾ ਚੱਲਦਾ ਰਹਾ ਇੰਨਾ ਵੀ ਨਹੀਂ ਚਾਹੀਦਾ ਬੰਦੇ ਨੂੰ ਇੰਨਾ ਫਾਇਦਾ ਵੀ ਨਹੀਂ ਚੱਕਣਾ ਚਾਹੀਦਾ ਚਲੋ ਆਪਾਂ ਗਾਗੋ ਬਾਈ ਦੀ ਮੋਟਰ 'ਤੇ ਪਏ ਤੇ ਕਮਾਲਪੁਰ ਆਹ ਗਾਗੋ ਬਾਈ ਦੀ ਮੋਟਰ ਆ ਬਾਈ ਉਹਦੇ ਮੰਜਾ ਮੁੰਜਾ ਹੁੰਦਾ ਵਧੀਆ ਪੈਣ ਨੂੰ ਨਾਲੇ ਇਹਦਾ ਨਲਕਾ ਪਾਣੀ ਪੀਣ ਨੂੰ ਬਹੁਤ ਵਧੀਆ ਬਾਈ ਨੇ ਮੋਟਰ ਬਣਾਈ ਹੋਈ ਆ ਚਲੋ ਹੁਣ ਚੱਲਦੇ ਹਾਂ ਆਪਣੇ ਭਿੰਦੇ ਬਾਈ ਦੇ ਚੱਲਦੀ ਦੀ ਕਮਾਲਪੁਰ ਵਾਲਿਆਂ ਦੇ ਕਹਿੰਦਾ ਆ ਜਾ ਛੇਤੀ ਛੇਤੀ ਆ ਜਾ ਧਾਰਾਂ ਦਾ ਟਾਈਮ ਹੋ ਗਿਆ ਬਹੁਤ ਔਖੀ ਆ ਬਾਈ ਮਾਲਕਾਂ ਦੇ ਮਸ਼ੀਨਾਂ ਨਹੀਂ ਚੱਲਦੀਆਂ ਹੁੰਦੀਆਂ ਹਾਂ ਜਿਹਨੇ ਰੁਪਈਏ ਫੜੇ ਹੁੰਦੇ ਨਾ ਉਹ ਗਰਦ ਨਹੀਂ ਝੱਲ ਸਕਦਾ ਚਲੋ ਹੁਣ ਚੱਲਦੇ ਹਾਂ ਮਸ਼ੀਨ ਕੋਲ ਨੂੰ ਇੱਧਰ ਦੇਖ ਲਓ ਬਾਈ ਆਪਣੇ ਹਜੇ ਇੰਜਣੇ ਪਾਣੀ ਚੱਕੀ ਜਾਂਦੇ ਦੇਖ ਲਓ ਉਰੇ ਗਾਗੋ ਬਾਈ ਕਹਿੰਦਾ ਦੇਖ ਲਓ ਇੰਨਾ ਕੁ ਬੋਰ ਆ ਬਸ ਇਹੀ ਕਹਿੰਦਾ ਪਾਣੀ ਚੱਕੀ ਜਾਂਦੇ ਆ ਇੰਜਣ ਲਾਇਆ ਹੋਇਆ ਲਿਫਟਰ ਇੰਜਣ ਲਾਇਆ ਹੋਇਆ ਵਧੀਆ ਆਲ ਪੱਖਾ ਲਾਇਆ ਹੋਇਆ ਇਹਦੇ ਨਾਲ ਕਹਿੰਦਾ ਪਾਣੀ ਬਾਈ ਵਧੀਆ ਸਰਕਲ ਸਾਡਾ ਘੁੰਮੀ ਜਾਂਦਾ
ਉੱਪਰ ਦੂਈ ਦੂਆ ਬੋਰ ਵੀ ਕਰਾਇਆ ਹੈ ਬਾਈ ਨੇ, ਉਹ ਦੇਖੋ ਉਹ ਵੀ ਕਰਾਇਆ ਹੈ, ਐਨ ਵਧੀਆ ਬਣਾਈ ਹੈ ਮੋਟਰ, ਨਲਕਾ ਲੱਗਿਆ ਠੰਡੇ ਪਾਣੀ ਵਾਸਤੇ, ਐਨ ਘਲਾੜੀ ਲੱਗੀ ਹੋਈ ਹੈ ਦੇਖੋ, ਘਲਾੜੀ ਮੈਂ ਕਹਿੰਦਾ ਚਲਾਈ ਹੋਈ ਨਹੀਂ ਕਈ ਸਾਲ ਹੋ ਗਏ ਹੁਣ ਤਾਂ। ਚਲੋ ਉਹ ਸਾਹਮਣੇ ਆਪਣੀ ਮਸ਼ੀਨ ਚੱਲਦੀ ਹੈ ਭਿੰਦੇ ਬਾਈ ਦੇ, ਚੱਲਦੇ ਹਾਂ ਮਸ਼ੀਨ ਕੋਲ ਨੂੰ। ਇੱਧਰ ਦੇਖੋ ਬਾਈ ਨੇ ਟਟੇਰੀਆਂ ਦਾ ਕਿੰਨਾ ਵਧੀਆ ਕੰਮ ਕਰਿਆ, ਟਟੇਰੀ ਦੇ ਅੰਡਿਆਂ ਦਾ ਦੇਖੋ ਬਾਈ, ਟਟੇਰੀ ਦੇ ਅੰਡੇ ਦਿੱਤੇ ਹੋਏ ਤਾਂ ਬਾਈ ਨੇ ਵਧੀਆ ਛੰਨ ਪਾ ਕੇ, ਐਂ ਦੇਖੋ ਇੱਧਰ ਚੀਜ਼ ਬਣਾਈ ਹੋਈ ਆ, ਉਹ ਟਟੇਰੀ ਦੇ ਅੰਡੇ ਪਏ ਵਿੱਚ, ਧੁੱਪਾਂ ਲੱਗਦੀ ਹੋਣੀ ਬਾਈ, ਡੰਡੇ ਕੱਢ ਕੇ ਟਟੇਰੀ ਦੇ ਬੈਠਣ ਨੂੰ ਜਗ੍ਹਾ ਕਰੀ ਹੋਈ ਹੈ, ਐਂ ਦੇਖੋ ਵਧੀਆ ਬਹੁਤ ਵਧੀਆ ਕੰਮ ਕਰਿਆ ਹੈ ਬਾਈ ਨੇ। ਬਾਕੀ ਆਹੀ ਏਰੀਆ ਰਹਿ ਗਿਆ ਵੀਰੇ ਜਿਹੜਾ ਖੜ੍ਹਾ ਦੇਖਦਾ ਨਾ ਤੁਹਾਨੂੰ, ਇਹ ਏਰੀਆ ਰਹਿ ਗਿਆ ਖੜ੍ਹਾ ਹੋਣਾ, ਬਾਕੀ ਤਾਂ ਹੋਰ ਤਾਂ ਇੱਧਰ ਨੂੰ ਸਾਰਾ ਸਾਫ਼ ਹੋ ਗਿਆ ਦੇਖ ਲਓ। ਆਹੀ ਖੇਤ ਰਹਿ ਗਏ ਇੱਕ, ਉਹ ਸਾਹਮਣੇ ਆਪਣੇ ਵਾਲੀ ਮਸ਼ੀਨ ਚੱਲਦੀ ਆ, ਉਹ ਦੇਖੋ ਸਾਹਮਣੇ ਭਿੰਦੇ ਬਾਈ ਦਾ ਮੋਟਰਸਾਈਕਲ ਲਿਆਂਦਾ ਹੈ ਤਾਂ ਅਸੀਂ। ਚਲੋ ਹੁਣ ਚੱਲਦੇ ਹਾਂ ਉਰੇ, ਰੋਟੀ ਖਾਣ ਦਾ ਵੀ ਨਜ਼ਾਰਾ ਬਾਈ, ਕੁਰਸੀਆਂ ਮੇਜ਼ ਮੂੰਹ ਜਾਣ ਵਧੀਆ, ਬੈਠ ਕੇ ਰੋਟੀ ਖਾਧੀ ਆ, ਅੰਬਾਂ ਦੀ ਛਾਂ ਹੈ ਬਹੁਤ ਵਧੀਆ। ਹੁਣ ਚੱਲਦੇ ਹਾਂ ਮਸ਼ੀਨ ਕੋਲ ਨੂੰ, ਪੁੱਛਦੇ ਹਾਂ ਕਾਲੇ ਦਾ ਹਾਲ ਚਾਲ, ਜਾ ਕੇ ਕਿਆ ਕਹਿੰਦਾ, ਮਿਲਦੇ ਹਾਂ ਤੁਹਾਨੂੰ ਮਸ਼ੀਨ ਕੋਲ ਜਾ ਕੇ। ਹੁਣ ਚੀਨਾ ਬਣਾਊ ਵੀ ਮੋਟਰਾਂ ਸਟਾਰਟ ਖੜੀ ਖੜਾ ਹੈ। ਹਾਂ ਕਿਆ ਹੋ ਗਿਆ, ਕਹਾਂ ਚੱਲ ਰਹੇ ਹੈ, ਕਹਾਂ ਕਿਸ ਕਾ ਟਾਈਮ ਹੋ ਗਿਆ ਰੇ, ਹੈਂ ਚੱਲ ਫਿਰ ਚੱਲੀਏ। ਚਲੋ ਬਾਈ ਚੱਲਦੇ ਹਾਂ, ਹੁਣ ਉਹ ਸਾਹਮਣੇ ਸਵਰਾਜ ਚੱਲਦੀ ਹੈ, ਪਿਰਤੀ ਵਾਲੀ, ਪਿਰਤੀ ਬਾਈ ਵਾਲੀ ਸਾਹਮਣੇ ਮਸ਼ੀਨ, ਉਹ ਸਵਰਾਜ ਚੱਲਦੀ ਆ, ਗਾਗੋ ਬਾਈ ਦੇ ਵੱਢਦੀ ਆ, ਪਹਿਲਾਂ ਤੁਸੀਂ ਵੱਢਦੇ ਹੁੰਦੇ ਤੇ। ਆਹ ਦੇਖੋ ਸਾਰਾ ਏਰੀਆ ਸਾਫ਼ ਹੋ ਗਿਆ, ਆਹ ਪਪੀਤਾ ਤਾਂ ਉਠਾ ਲਏ, ਪਪੀਤੇ ਦੇ ਲਓ ਬਾਈ, ਕਿਆ ਇਹਨਾਂ ਨੇ ਜੂਨੀ ਖਰਾਬ ਕਰੇ ਵੀ, ਉੱਥੇ ਤੋੜੇ ਹੀ ਕਾਹਨੂੰ, ਚੀਨੇ ਦੇ ਕੰਮ ਦੇਖ ਲਓ ਵੀ, ਫਿਰ ਤੋੜੇ ਹੀ ਕਾਹਨੂੰ, ਆਹ ਤੇ ਕਿਉਂ ਤੋੜਾ ਦੇਵੇ ਤੁਮ ਲੋਕ ਨੇ, ਹੈਂ ਖਾ ਲਈ ਆ। ਚਲੋ ਹੁਣ ਚੱਲਦੇ ਹਾਂ ਜੀ ਮਸ਼ੀਨ ਕੋਲ ਨੂੰ। ਲਓ ਜੀ ਬਾਈ ਪਹੁੰਚ ਗਏ ਮਸ਼ੀਨ ਦੇ ਕੋਲ, ਆ ਸਾਰੇ ਖੇਤ ਵੱਢੇ ਆ ਬਾਈ ਅੱਜ ਨੇ, ਉਹ ਇੱਥੇ ਤੱਕ ਤਾਂ ਮੈਂ ਹੀ ਵੱਢ ਗਿਆ ਤਾ, 2.5-3 ਕਿੱਲੇ ਵੱਢੇ ਆ। ਚਲੋ ਹੁਣ ਚਾਹ ਲਿਆ ਪੈਂਦਾ ਬਾਈ, ਚਾਹ ਪੀ ਕੇ ਫਿਰ ਚੜ੍ਹਦੇ ਹਾਂ ਮਸ਼ੀਨ ਦੇ ਉੱਪਰ। ਦੇਖੋ ਇੱਧਰ ਚੱਲਦਾ ਕੰਮ ਮਾਰੋ ਮਾਰ, ਖੱਤੀਆਂ ਜਿਹੀਆਂ ਭਿੰਦੇ ਬਾਈ ਦੀਆਂ 'ਚ ਲੱਗੀਆਂ ਹਨ ਵੇੜਨ। ਇੱਧਰ ਕਾਲੇ ਦਾ ਮੁੰਡਾ ਆ ਗਿਆ, ਸਤਿ ਸ਼੍ਰੀ ਅਕਾਲ ਜੀ, ਇਹ ਐਪਲ ਦਾ ਲਈ ਖੜਾ ਆਪਣਾ, ਅਸੀਂ ਆਪਣਾ ਸੈਮਸੰਗ ਮਸ਼ਹੂਰ ਕਰਿਆ ਪਿਆ। ਹੋਰ ਬੰਦੇ ਬਾਈ ਠੀਕ ਆ, ਝਾੜ ਘੱਟੇ ਨਿਕਲਦਾ ਹੈ, ਜ਼ਿਆਦਾ ਇਹ ਘੱਟ ਹੈ ਤਾਂ, ਕਿਹੜਾ ਬੀਜ ਤਾ ਇਹ, 725 ਇਹ ਕਿਆ ਗੱਲ, ਪਾਣੀ ਦੀ ਮਾਰ ਪੈ ਗਈ, ਪਾਣੀ ਦੀ ਮਾਰ, ਪਾਣੀ ਚੱਲਦਾ, ਪਾਣੀ ਦੀ ਪੱਟੀ ਮੇਚ ਕਰੀ, ਉਹ ਗਾਗੋ ਕਹਿੰਦਾ ਮੇਰੇ ਕੋਲ ਨਹੀਂ ਨਿਕਲਦਾ, ਗੁੰਮਾ ਉੱਤੀ ਤੇ ਆਇਆ ਹੁਣ ਦੀ ਮੋਟਰ ਪਰ ਪਿਆ ਤਾ, ਕਹਿੰਦਾ ਕੁਛ ਵੀ ਨਹੀਂ ਨਿਕਲਦਾ। ਚੱਲ ਜਿਹੜਾ ਕਿਸਮਤ ਚਾਹ ਚਾਹ ਆਈ ਪਈ ਪੈਂਦਾ ਬਾਈ, ਚਾਹ ਲਿਆ ਆ, ਕਾਹਦੇ ਨੀ ਪੀਣੀ, ਯੂਪੀ ਚਾਹ ਨੀ ਕਾਹਦੇ ਨੀ ਪੀਂਦਾ ਤੂੰ, ਹੈਂ ਸਤਿ ਸ਼੍ਰੀ ਅਕਾਲ ਜੀ, ਆ ਜੂੜੇ ਚ ਕਿਆ ਬਾਈ, ਫਿਰ ਰਬੜ ਇਹ ਆ ਗਿਆ, ਢਿੱਲੀ ਢਿੱਲੀ ਜੂੜੀ ਆ ਗਈ, ਢਿੱਲੀ ਜੂੜੀ ਢਿੱਲੀ ਜੂੜੀ ਆ ਗਈ ਗਾਡੀ ਨੇ। ਹਾਂਜੀ ਵੀ ਚਾਹ ਕਾਹਦੇ ਨੀ ਪੀਣੀ, ਤੈਂ ਮੇਰੇ ਕੰਟ ਲੜਦੀ ਆ ਜੇਤੀ ਯਾਦ, ਮੇਰੇ ਕੰਟ ਲੜਦੀ ਆ ਜੇਤੀ ਯਾਦ, ਅਸੀਂ ਉੱਥੇ ਪਏ ਤੇ ਆਪਣਾ, ਹਾਂ ਹਾਂਜੀ ਇਹਨੇ ਕਿਆ ਕਹਿੰਦਾ, ਘਬਰਾ ਜਾਂਦਾ ਬੰਦਾ ਬੈਠਾ।
ਲੈ ਜੀ ਪਿੰਦਾ ਬਾਈ ਦਾ ਲੈ ਚੱਲਿਆ ਆਪਣਾ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਹੁਣ ਸੁਣਦਾ ਨਹੀਂ ਬਾਈ ਸਤਿ ਸ਼੍ਰੀ ਅਕਾਲ ਸ਼ਾਬਾਸ਼ ਸ਼ਾਬਾਸ਼ ਠੀਕ ਆ ਜੈਸਾ ਕੰਮ ਖਿੱਚ ਕੇ ਰੱਖ ਖਿੱਚ ਕੇ ਹੋਰ ਭਾਈ ਕਿਆ ਹਾਲ ਆ ਜੀ ਲਓ ਜੀ ਬਾਈ ਵੀ ਆ ਗਿਆ ਕਾਲਾ ਬਾਈ ਵੀ ਆ ਗਿਆ ਜੀ ਘਰ ਦੇ ਮੈਸਾਂ ਮੂਸਾਂ ਚੋ ਕੇ ਜੀ ਆਇਆ ਜੀ ਬਾਈ
ਲਓ ਜੀ ਬਾਈ ਦੇਖ ਲਓ 8 ਮਹੀਨੇ ਜੀਰੀ ਬਣਾ ਲਈ ਆਪਣੇ ਟਰੈਕਟਰ ਬਾਈ ਗੱਬੇ ਖੜਾਇਆ ਪਿਆ ਵੀ ਮਸ਼ੀਨ ਨਾ ਲੰਘੇ ਆਪਣੀ ਕਣਕ ਬਣਾ ਲਈ ਸਾਰੀ ਟੋਬੇ ਦਾ ਪਾਣੀ ਲਾ ਕੇ ਲੱਗਿਆ ਸਪਰੇਅ ਕਰਨ ਮੋਸਕ ਨਾਲਿਆ ਪਿਆ ਉਹ ਮੋਸਕਾਂ ਨੇ ਜੱਤੀ ਕਰ ਜਿਹਨੇ ਕਰਦੇ ਉਧਰ ਕੇ ਮੜਾ ਜਾ ਸਪਰੇਅ ਕਰਨ ਲੱਗਿਆ ਜੀ ਗੰਨੇ ਪਰ ਉਹ ਦੇਖੋ ਵਿੱਚ ਫਿਰਦਾ ਪਾਲ ਬਾਈ ਯਾਰ ਉਹ ਅਰਥਵੀਰ ਖੜਾ ਕੇ ਵਿਚਾਲੇ ਟਰੈਕਟਰ ਰਾਡਾ ਇਹਦਾ ਖੰਭਾ ਬਾਈ ਨਹੀਂ ਨਿਕਲ ਜਾਣਾ ਤਾਂ ਟੋਬੇ ਦਾ ਪਾਣੀ ਲਾਉਂਦਾ ਜੀ ਟੋਬੇ ਦਾ ਦੇਖੋ ਝੱਗੇ ਝੱਗ ਹੋਈ ਪਈ ਆ ਉਹ ਦੇਖੋ ਨਖਾਲ 'ਚ ਝੱਗੇ ਝੱਗ ਹੋਈ ਪਈ ਆ ਇਹਦੇ ਚੀਨਾ ਹੁਣ ਕਰੂਗਾ ਟਰੈਕਟਰ ਪਾਸੇ ਚੀਨੇ ਮਗਰ ਹੋ ਜੂਗਾ ਕਰਦੇ ਪਤਾ ਇੰਨੇ ਕੁ ਨਾਲੇ ਸੜ ਜਾਣਾ ਆ ਬੰਪਰ ਜਿਹਾ ਸੜਾ ਉੱਚਾ ਜਿਹਾ ਬੰਪਰ ਆ ਨਹੀਂ ਤਾਂ ਪਿੱਛੇ ਤਾਰ ਦੇ ਟਾਇਰ ਕੋਈ ਗੱਲ ਨਹੀਂ ਇਹਦਾ ਰੇੜਾ ਹੀ ਆ ਦੇਖ ਕੇ ਕਰੀ ਕਿਤੇ ਮੂਹਰੇ ਨੂੰ ਨਾ ਭਜਾ ਦੀ ਮੀਟਰ ਜਾਂਦਾ ਬਾਈ 100 ਪਰ ਟੈਂਪਰੇਚਰ ਮੀਟਰ ਕਾਲੇ ਦਾ ਦਿਲ ਧੱਕ 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 ਕਰਦਾ ਬਈ ਇੰਨਾ ਕੁ ਤਾਂ ਜਾਣਾ ਹੀ ਆ ਹੁਣ ਆਪਣੀ ਕਣਕ ਬੜਾ ਲਈ ਬੜਾ ਕੇ ਮਸ਼ੀਨ ਵੀ ਆਪੇ ਲਿਆ ਕੇ ਕਣਕ ਵੱਢ ਕੇ ਸਾਡੇ ਰਾਸਤੇ ਰੋਕਣੇ ਚੰਗੀਆਂ ਗੱਲਾਂ ਨੀ ਹਰਸ਼ਵੀਰ ਤੇਰੀਆਂ ਹੇ ਕਾਹਦੀ ਸਪਰੇ ਕਰਨ ਲੱਗਿਆ ਹੁਣ ਕੋਰਾ ਜਿਨ ਕਰਨ ਲੱਗਿਆ ਬਹੁਤ ਮਿਹਨਤ ਕਰਨਾ ਕਰਨੇ ਫਿਰ ਤੂੰ ਪੈਸੇ ਆ ਗਏ ਪਿਛਲੇ ਦੇ ਚੱਲ ਆ ਗਏ ਜੀ ਪ੍ਰਧਾਨ ਦੀ ਵੱਡੇ ਜੀ ਪੋਲਰਾਂ ਜਿਹਾ ਚ ਆ ਜਾਓ ਜੀਨੇ ਦੇਖ ਲਓ ਬਾਈ ਬਬੂਲਰ ਦੇਖ ਲਓ ਇਧਰ ਕਿੰਨੇ ਆ ਬਹੁਤ ਔਖੀ ਆ ਮਸ਼ੀਨ ਕੱਢਣੀ ਰਾਸਤੇ ਦੇ ਆ ਦੋਵੇਂ ਪਾਸੇ ਬਬੂਲਰ ਆ ਸਾਰੇ ਬਬੂਲਰਾਂ ਦਾ ਉਹ ਆ ਚੀਨੇ ਦੀ ਤਾਂ ਬਾਈ ਵਿਚਾਰੇ ਦੀ ਗੱਲ ਅਸੀਂ ਇੱਕ ਬਿੱਘਾ ਇੱਕ ਕਣਕ ਬੀਜੀ ਦੀ ਵਿਚਾਰੇ ਨੇ ਉਹ ਕੋਈ ਹੋਰ ਹੀ ਬਣਾ ਕੇ ਲੈ ਗਏ ਇਹਨੇ ਕੌਣ ਬਣਾ ਕੇ ਲੈ ਗਿਆ ਉਹ ਵੱਢਦੇ ਤੇ ਇੱਕ ਕਟਰ ਪੂਜਾ ਲਾ ਲੈ ਗਿਆ ਕੱਟ ਇੱਕ ਉਹਦਾ ਇੱਕ ਬਿੱਘੇ ਚ ਉਹ ਵੀ ਥੋੜੀ ਜਿਹੀ ਜਗ੍ਹਾ ਦੀ ਯਾਰ ਫੇਰ ਤਾਂ ਕਿਹਾ ਨੀ ਹੈਗਾ ਅਜੇ ਬੰਦਾ ਮਿਲਿਆ ਨੀ ਜੀ ਹੈਗਾ ਉਹ ਉਹਨੂੰ ਕਹੀ ਯਾਰ ਕਹਾ ਕੇ ਗੱਲਾਂ ਇਹ ਬੰਦਾ ਲਾ ਗਿਆ ਫਾਂਟ ਤਾਂ ਛੱਡ ਕੇ ਜਾਂਦਾ ਆਪਣੇ ਵਾਲੇ ਚੋਂ ਹਾਂ ਹਾਂਜੀ ਅੱਜ ਮਿਲਿਆ ਨੀ ਹੈਗਾ ਤੇ ਜਾ ਕੇ ਆਉਂਗਾ ਉਹਦੇ ਕੋਲੇ ਉਹ ਕੋ ਜਾ ਕੇ ਆਈ ਦੇਖ ਲਓ ਬਾਈ ਬੰਦੇ ਕੋ ਵਿਚਾਰੇ ਕੋ ਉਹੀ ਦੋ ਤਿੰਨ ਇੱਕ ਬਿੱਘੇ ਚ ਕਣਕ ਦੀ ਉਹ ਵੀ ਕਿਸੇ ਨੇ ਦਿੱਤਾ ਤਾ ਇਹਨੂੰ ਮੇਰੇ ਕੋਲ ਗਏ ਤੇ ਕੋਲ ਤਾਂ ਕਹਿੰਦਾ ਸਮਾਨ ਨੀ ਜਿਹਨੇ ਬੀਜ ਲਿਆ ਕਰ ਇਹਨੇ ਬੀਜ ਕੇ ਵਿਚਾਰੇ ਕਣਕ ਕੁਣਕ ਬੀਜੀ ਦੀ ਚਲੋ ਜੀ ਉਹ ਵਿਚਾਰਾ ਹੋਰੇ ਕੱਟ ਲਾ ਲੇਗਾ ਭਗਤ ਦੇ ਕੋਈ ਨਾ ਇਹ ਲੋ ਕਹਿਣ ਜੋਗਾ ਕੋ ਕਹਿੰਦਾ ਵੀ ਕਿਸੇ ਨੂੰ ਕੋਈ ਹੁਣ ਚੱਲੇ ਆ ਜੀ ਪ੍ਰਧਾਨ ਦੇ ਖੇਤ ਵੱਢਣ ਪ੍ਰਧਾਨ ਦੇ ਵੱਢਣ ਚੱਲੇ ਆ ਵਿੱਚ ਬਬੂਲਰਾਂ ਚ ਦੱਸਦਾ ਕਿੱਲਾ ਕੁ ਡੇਢ ਕਿੱਲਾ ਦੂਏ ਲੋਟ ਖੜਾ ਜਿਹਨੇ ਕਿੱਧਰ ਨੂੰ ਕਿਹਾ ਉਹਨੇ ਕਾਲੇ ਨੇ ਉਹਨੂੰ ਕਿਹਾ ਹਾਂ ਚਲੋ ਪ੍ਰਧਾਨ ਦੇ ਗਿਆ ਉਹਨੇ ਹਾਂ ਪ੍ਰਧਾਨ ਦੇ ਜਾਣਾ ਜੀ ਚਲੋ ਮਿਲਦੇ ਆ ਸਾਨੂੰ ਪ੍ਰਧਾਨ ਦੇ ਜਾ ਕੇ ਜਾਓ ਲਓ ਜੀ ਬਾਈ ਚੱਲਦੀ ਆ ਪ੍ਰਧਾਨ ਦੇ ਵੱਢਣ ਲੱਗੇ ਆ ਬੂਟਿਆਂ ਚ ਪਹਿਲਾਂ ਦੂਏ ਪਾਸੇ ਵੱਢੀ ਆ ਉਧਰ ਚੀਨੇ ਉਧਰ ਵਧੀਆ ਚੱਲੀ ਆਪਾਂ ਬਾਈ ਬੂਟਿਆਂ ਚ ਮੈਂ ਜਵਾਬ ਦੇ ਦਵਾਂ ਮੈਂ ਨੀ ਬਾਈ ਬੂਟਿਆਂ ਚ ਵੱਢਣ ਠੀਕ ਨੀ ਗੱਲ ਹਾਂ ਕਾਲਾ ਬਾਈ ਆਪੇ ਲੱਗਾ ਵੱਢਣ ਕਹਿੰਦਾ ਮੈਂ ਵੱਢਦਾ ਲਿਆ ਵੇ ਬਾਈ ਬੂਟਿਆਂ ਦਾ ਤੁਹਾਨੂੰ ਮੈਂ ਦੱਸਦਾ ਕਹਾਣੀ ਬੂਟੇ ਹੈਗੇ ਦੇਖੋ ਨੇੜੇ ਨੇੜੇ ਕਟਰ ਲੰਘਦਾ ਵਿੱਚ ਨੂੰ ਅੱਧੀ ਫਾਂਟ ਫੇਰ ਰਹਿ ਜਾਂਦੀ ਆ ਹੈਂ ਆਹ ਵੱਜੀ ਮਸ਼ੀਨ ਦੇਖੋ ਇੱਧਰ ਆਹ ਤੇ ਬਬੂਲਰ ਗਿਆ ਵੱਜੀ ਬਾਈ ਐਵੇਂ ਮਾੜਾ ਮੋਟਾ ਕਾਲੇ ਦੀ ਵੱਜੀ ਆ ਨਾਲੇ ਪਰਾਂ ਹੀ ਵੱਜੀ ਫੇਰ ਹੈਂ ਨਾ ਨਾ ਆਪਾਂ ਰਿਸਕ ਲੈਣਾ ਹੀ ਨਹੀਂ ਬਾਈ ਅਗਲੇ ਨਵੀਂ ਮਸ਼ੀਨਰੀ ਆ ਸਾਰਾ ਸੀਜ਼ਨ ਲਾ ਕੇ ਆਪਾਂ ਲਾਸਟ ਜਾ ਕੇ ਕਲੰਕ ਲਵਾ ਲਈਏ ਨਾ ਮੈਂ ਕਹੂੰ ਨਹੀਂ ਵੱਢਦੇ ਹੀ ਬੂਟੇ ਪਿਛਲੇ ਸਾਲ ਤਾਂ ਚੱਲ ਮਜਬੂਰੀ ਦੀ ਹਰਸ਼ਵੀਰ ਉਹਨਾਂ ਦੀ ਸੀ ਚੱਲ ਪ੍ਰਧਾਨ ਦੀ ਵੀ ਵੱਢਤੀ ਸੀ ਆਪਾਂ ਨੇ ਬਾਈ ਪਿਛਲੇ ਸਾਲ ਦੇ ਲਿਆ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਮਰਜ਼ੀ ਉਹ ਹੋ ਜਾਵੇ ਇਹ ਕਾਲਾ ਫੋਰਮੈਨ ਕਹਿੰਦਾ ਮੈਂ ਵੱਢਦਾ ਹਾਂ ਵਧੀਆ ਵਧੀਆ ਵੱਢ ਬਾਈ ਮਾਲਕ ਬੈਠਾ ਹੋਊਗਾ ਰੇਟ ਪਾ ਬਾਈ ਲੱਗ ਜਾਊਗੀ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਕੋਈ ਕਹਿ ਨਹੀਂ ਸਕਦਾ ਫਿਰ ਜੇ ਆਪਾਂ ਤਾਂ ਲੱਗ ਜਾਵੇ ਫਿਰ ਤੁਹਾਨੂੰ ਪਤਾ ਹੀ ਆ ਦੇਖੋ ਇਹਦੇ ਪਿੱਛੇ ਬੂਟੇ ਆ ਮੂਹਰੇ ਬੂਟੇ ਆ
ਇਹ ਲਾਲਚ ਕਹਿੰਦੇ ਬੁਰੀ ਬਲਾ ਹੋ ਜਾਂਦੇ ਮਹਾਰਾ ਕਾਲੇ ਨੂੰ ਕਹਿੰਦੇ ਵੀ ਰਹਿਣ ਦੇ ਬਾਈ ਛੱਡ ਪਰੇ ਬੂਟਿਆਂ ਦਾ ਮੰਗਾ ਨਾ ਲੇ ਪਰ ਇਹ ਕਿੱਥੇ ਹਟਦਾ ਬਾਈ ਅਸੀਂ ਪਿਛਲੇ ਸਾਲ ਵੱਢੇ ਤੇ ਬਾਈ ਬਹੁਤ ਘੱਟੋ ਘੱਟ ਵੀ 7-8 ਕਿੱਲੇ ਵੱਢੇ ਹੋਣੇ ਆ 7-8 ਕਿੱਲੇ ਵੱਢੇ ਤੇ ਬਾਈ ਬੂਟਿਆਂ 'ਚ ਯਾਰ ਮੈਂ ਦੇਖਿਆ ਹਿਸਾਬ ਕਿਤਾਬ ਜਾਂ ਮੈਨੂੰ ਤਾਂ ਵਧੀਆ ਨਹੀਂ ਲੱਗਿਆ ਹੈਗਾ ਮੈਂ ਫੇਰ ਕੀ ਕਾਲੇ ਨੂੰ ਜਵਾਬ ਦੇ ਦੇਵਾਂ ਮੈਂ ਯਾਰ ਬੂਟਿਆਂ ਵੱਟਿਆਂ 'ਚ ਕਿਆ ਕੰਮ ਆਊਈ ਮਸ਼ੀਨ ਸਾਰਾ ਸੀਜ਼ਨ ਲੱਗਿਆ ਬਾਈ ਕਿਤੇ ਲੱਗ ਜਾਵੇ ਰੱਬ ਨਾ ਕਰੇ ਊਂਛੇ ਵੱਜੇ ਕਟਰੇ ਵੱਜੇ ਸਾਰੇ ਸੀਜ਼ਨ ਦਾ ਕਲੰਕ ਹੋ ਜਾਂਦਾ ਅਗਲਾ ਕਹਿ ਦਿੰਦਾ ਯਾਰ ਮਾੜੀ ਜੀ ਤਾਂ ਹੈਗੀ ਆ ਮੈਨੂੰ ਪਤਾ ਬਾਈ ਆਪਾਂ ਤਾਂ ਜਵਾਬ ਦੇ ਦਿੱਤਾ ਮੈਂ ਨਹੀਂ ਬਾਈ ਵੱਢਣੀ ਕਾਲੇ ਨੂੰ ਇੱਕ ਗੇੜਾ ਦੇ ਦਿੱਤਾ ਲਾ ਕੇ ਮਾਰ ਮਾਰ ਵਾਲਾ ਬਾਈ ਆਪ ਵੱਢ ਲਾ ਇਹਦੇ ਬਾਅਦ ਮੈਂ ਨਹੀਂ ਵੱਢਣੀ ਹੈਗੀ ਚਲੋ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਅਸੀਂ ਵੀਡੀਓ ਕਰਦੇ ਹਾਂ ਬੰਦ ਗਾਹਾਂ ਵਾਲੀ ਵੀਡੀਓ ਤੁਹਾਨੂੰ ਕੱਲ੍ਹ ਨੂੰ ਡਬਲ ਬਲੌਕ ਕਰਾਂਗੇ ਸਵੇਰੇ ਪਾਵਾਂਗੇ ਕਾਲੇ ਦੀ ਵੱਢਾਂਗੇ ਦਿਖਾਵਾਂਗੇ ਤੁਹਾਨੂੰ ਉਹ 'ਚ ਵੀ ਚਲੋ ਠੀਕ ਹੈ ਜੀ ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ।